ਕਿਹਾ ਸਿਆਣੇ ਦਿਲ ਮੇਰਾ ਠੱਗਿਆ, ਮੈਨੂੰ ਲੱਗਦਾ ਪਿਆਰ ਹੋਣ ਲੱਗਿਆ, ਭੈਣ ਸਦਰਾਂ ਨੂੰ ਲੱਗਿਆ ਏ ਬੂਰ ਮਿੱਠੀ ਐਣੀ ਤੇਰਾ ਚੌਵੀ ਘੰਟੇ ਚੌਵੀ ਘੰਟੇ ਰਹਿੰਦਾ ਏ ਸਰੂਰ ਮਿੱਠੀ ਐਣੀ ਤੇਰਾ ਚੌਵੀ ਘੰਟੇ। ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਜਿਹੜੀ ਕਿ ਅੱਜ ਤੁਸੀਂ ਪਿਆਰੀ ਜੀ ਆਵਾਜ਼ ਸੁਣੀ ਹੈ, ਉਹਦੇ ਨਾਲ ਅਸੀਂ ਅੱਜ ਤੁਹਾਨੂੰ ਮਿਲਵਾਵਾਂਗੇ। ਸੋ ਮੇਰੇ ਨਾਲ ਨੇ ਅੱਜ ਦੀਪਕ ਅਰੋੜਾ ਜੀ, ਅਤੇ ਭਾਅ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਫੇਮਸ ਪੰਜਾਬ ਫੇਮ ਦੇ ਵਿੱਚ। ਥੈਂਕ ਯੂ ਵੈਰੀ ਮੱਚ, ਥੈਂਕ ਯੂ। ਬਹੁਤ ਬਹੁਤ ਸੋਹਣਾ ਭਾਅ ਜੀ, ਤੁਹਾਡਾ ਗਾਣਾ ਸੁਣਿਆ ਜੀ ਮੈਂ। ਇੱਕ ਤਾਂ ਜੀ ਅੱਜ ਖਾਸ ਦਿਨ ਹੈ ਵੈਲੰਟਾਈਨ ਡੇ, ਅਤੇ ਉੱਪਰ ਤੁਹਾਡਾ ਗਾਣਾ ਭਾਅ ਜੀ, ਮੇਰਾ ਤਾਂ ਸਪੈਸ਼ਲ ਹੋ ਗਿਆ ਜੀ ਸਾਡਾ ਵੈਲੰਟਾਈਨ ਡੇ ਅੱਜ। ਬਿਲਕੁਲ, ਤੁਸੀਂ ਕਹਿ ਸਕਦੇ ਹੋ ਮੇਰੇ ਵਾਸਤੇ ਬਹੁਤ ਵੱਡਾ ਦਿਨ ਹੈ ਜੀ। ਹੋਰ ਸੁਣਾਓ। ਬਹੁਤ ਸੋਹਣਾ, ਬਹੁਤ ਵਧੀਆ ਜੀ। ਅੱਛਾ ਭਾਅ ਜੀ, ਇਹ ਜਿਹੜੀ ਗਾਇਕੀ ਹੁੰਦੀ ਹੈ ਜੀ, ਆਪਾਂ ਨਾ ਕੋਈ ਵੀ, ਚਾਹੇ ਕੋਈ ਵੀ ਆਰਟਿਸਟ ਹੈ, ਉਹ ਕਿਸੇ ਨਾ ਕਿਸੇ ਤੋਂ ਇੰਸਪਾਇਰ ਜ਼ਰੂਰ ਹੁੰਦਾ, ਤਾਂ ਦੀਪਕ ਅਰੋੜਾ ਜੀ ਕਿਹਨੂੰ ਸਭ ਤੋਂ ਜ਼ਿਆਦਾ ਸੁਣਦੇ ਨੇ? ਦੇਖੋ, ਬਚਪਨ ਦੇ ਵਿੱਚ ਮੈਂ ਗੁਰਦਾਸ ਮਾਨ ਸਾਹਿਬ ਨੂੰ, ਹਰਭਜਨ ਮਾਨ ਸਾਹਿਬ ਨੂੰ, ਦਲੇਰ ਸਾਹਿਬ ਨੂੰ ਸੁਣਦਾ ਰਿਹਾ, ਔਰ ਬੜਾ ਅੱਛਾ ਲੱਗਿਆ ਉਹਨਾਂ ਦੇ ਸੰਗੀਤ, ਉਹਨਾਂ ਦੇ ਗੀਤ ਪੰਜਾਬ ਦੇ ਨਾਲ ਬੜੇ ਜੁੜੇ ਸੀਗੇ, ਔਰ ਉਹਨਾਂ ਦੇ ਆਪਣੇ ਗੀਤਾਂ ਥਰੂ ਇੱਕ ਬਹੁਤ ਸੋਹਣਾ ਮੈਸੇਜ ਛੱਡਿਆ ਜਨਤਾ ਦੇ ਵਿੱਚ, ਔਰ ਉਹ ਅੱਜ ਵੀ ਬਹੁਤ ਅੱਛਾ ਕੰਮ ਕਰਦੇ ਪਏ ਨੇ ਸਰ ਜੀ। ਅੱਛਾ ਭਾਈ, ਜਿਵੇਂ ਕਿ ਹੁਣ ਅਸੀਂ ਦੇਖੀਏ ਪੰਜਾਬ ਦੇ ਵਿੱਚ ਬਹੁਤ ਸਾਰੇ ਸਿੰਗਰ ਨੇ, ਹੈ ਨਾ ਜੀ, ਅਤੇ ਹੁਣ ਦੀਪਕ ਅਰੋੜਾ ਵੀ ਜਿਹੜਾ ਕਿ ਉਸ ਲਾਈਨ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਆ, ਭਾਅ ਜੀ ਕਿਉਂ, ਮਤਲਬ ਕਾਰਨ ਕੀ ਸੀ ਇਹ ਪੰਜਾਬ ਸਾਰਾ ਜਿਹੜਾ ਕਿ ਗਾਇਕੀ ਵੱਲ ਆਉਣ? ਦੇਖੋ, ਮੈਂ ਪੰਜਾਬ ਦੀ ਗੱਲ ਜਿੱਥੇ ਤੱਕ ਹੈਗੀ ਹੈ ਕਿ ਗਾਇਕੀ ਵੱਲ ਹਰ ਇਨਸਾਨ ਦਾ ਇੱਕ ਆਪਣਾ ਮੈਸੇਜ ਹੁੰਦਾ ਹੈ, ਇੱਕ ਆਪਣਾ ਓਪੀਨੀਅਨ ਹੁੰਦਾ ਹੈ, ਇੱਕ ਆਪਣੀ ਫੀਲਿੰਗਸ ਹੁੰਦੀਆਂ ਨੇ ਜੋ ਕਿ ਉਹ ਸਭ ਨੂੰ ਦੱਸਣਾ ਚਾਹੁੰਦਾ, ਔਰ ਮੈਂ ਇਹ ਚਾਹੁੰਦਾ ਕਿ ਇਸ ਚੀਜ਼ ਨੂੰ ਜ਼ਰੂਰ ਕਰਨਾ ਚਾਹੀਦਾ ਔਰ ਆਪਣੇ ਮੈਸੇਜ ਦੇਣਾ ਚਾਹੀਦਾ ਜੀ। ਭਾਅ ਜੀ, ਜਿਵੇਂ ਤੁਸੀਂ ਕਿਹਾ ਕਿ ਅਸੀਂ, ਮੈਂ ਗੁਰਦਾਸ ਮਾਨ ਸਾਹਿਬ ਨੂੰ, ਹਰਭਜਨ ਮਾਨ ਸਾਹਿਬ ਨੂੰ ਸੁਣਦਾ ਰਿਹਾ, ਹੈ ਨਾ, ਅਤੇ ਇਸ ਤੋਂ ਇਲਾਵਾ ਭਾਅ ਜੀ ਕਿਤੇ ਗਾਇਕੀ ਤੁਸੀਂ ਕਲਾਸ ਵਗੈਰਾ ਸਿੱਖਿਆ ਵੀ ਹੈ ਕਿੱਥੋਂ ਕਿ ਨਹੀਂ? ਨਹੀਂ, ਤੁਸੀਂ ਇਹਨੂੰ ਗੋਡ ਗਿਫਟ ਕਹਿ ਸਕਦੇ ਹੋ, ਔਰ ਬਸ ਬਚਪਨ ਤੋਂ ਗਾਉਂਦੇ ਗਾਉਂਦੇ ਗੁਣਗੁਣਾਉਣਾ ਆ ਗਿਆ ਔਰ ਗਾਣਾ ਆ ਗਿਆ ਜੀ। ਭਾਅ ਜੀ, ਮੈਂ ਤੁਹਾਡੀ ਆਵਾਜ਼ ਸੁਣੀ ਸੀ, ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ, ਤੁਹਾਡੇ ਅਕੋਰਡਿੰਗ ਕੀ ਦੀਪਕ ਅਰੋੜਾ ਜੀ ਦੇ ਅਕੋਰਡਿੰਗ ਸਿੱਖਣ ਦੀ ਜ਼ਰੂਰਤ ਹੈ ਗਾਇਕੀ ਲਈ ਜਾਂ ਕੋਈ ਗੱਲ ਨਹੀਂ? ਕੰਪਿਊਟਰ ਵੀ ਬਹੁਤ ਸਿਆਣਾ ਅੱਜ ਕੱਲ੍ਹ, ਕਈ ਲੋਕਾਂ ਦਾ ਕਹਿਣਾ ਇਹ ਹੈ, ਪਰ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਗੋਡ ਗਿਫਟਿਡ ਹੋ, ਪਰ ਪਰਸਨਲ ਤੁਹਾਡਾ ਓਪੀਨੀਅਨ ਕੀ ਹੈ ਵੀ ਸਿੱਖਣ ਦੀ ਜ਼ਰੂਰਤ ਹੈ ਜਾਂ ਨਹੀਂ? ਦੇਖੋ, ਇਨਸਾਨ ਹਮੇਸ਼ਾ ਕੁਛ ਨਾ ਕੁਛ ਸਿੱਖਦਾ ਰਹਿੰਦਾ, ਔਰ ਬਿਨਾਂ ਸਿੱਖੇ ਤਾਂ ਬੱਚਾ ਤੁਰਨਾ ਵੀ ਨਹੀਂ ਸਿੱਖ ਸਕਦਾ, ਔਰ ਇੱਕ ਬੱਚੇ ਨੂੰ ਤੁਰਨਾ ਵੀ ਉਹਦੀ ਮਾਂ ਸਿਖਾਉਂਦੀ ਹੈ, ਔਰ ਮੇਰੇ ਪੇਰੈਂਟਸ ਦੀ ਬਹੁਤ ਮੈਨੂੰ ਸਪੋਰਟ ਰਹੀ ਹੈ, ਔਰ ਇਨਸਾਨ ਜਿਹੜਾ ਉਹ ਦੇਖ ਦੇਖ ਕੇ ਸਿੱਖਦਾ, ਔਰ ਸਿੱਖਣਾ ਹੀ ਕਾਮਯਾਬੀ ਹੈ। ਜਦੋਂ ਸਿੱਖਣਾ ਬੰਦ ਹੋ ਜਾਏਗਾ, ਸਮਝੋ ਕਾਮਯਾਬੀ ਬੰਦ ਹੋ ਜਾਏਗੀ, ਕਿਉਂਕਿ ਜਦ ਸਭ ਕੁਛ ਇਨਸਾਨ ਸੋਚਦਾ ਹੈ ਕਿ ਮੈਂ ਸਿੱਖ ਲਿਆ ਹੈਗਾ, ਅਤੇ ਉਹਦੀ ਕਾਮਯਾਬੀ ਦੀਆਂ ਰਾਹਾਂ ਸਾਰੀਆਂ ਬੰਦ ਹੋ ਜਾਂਦੀਆਂ ਨੇ। ਅਤੇ ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਹਮੇਸ਼ਾ ਔਰ ਹਮੇਸ਼ਾ ਤੁਸੀਂ ਸਿੱਖਦੇ ਰਹੋ। ਤੁਹਾਡੇ ਅਕੋਰਡਿੰਗ ਸਿੱਖਣਾ ਜ਼ਰੂਰੀ ਹੈ ਗਾਇਕੀ? ਜ਼ਰੂਰ, ਦੇਖੋ ਹਰ ਚੀਜ਼ ਨੂੰ ਸਿੱਖਣਾ ਚਾਹੀਦਾ। ਅੱਛਾ ਭਾਅ ਜੀ, ਜਿਵੇਂ ਕਿ ਹੁਣ ਤੁਹਾਡਾ ਗਾਣਾ ਆਇਆ ਸਰੂਰ, ਤੁਸੀਂ ਜਿਹੜੀਆਂ ਕਿ ਲਾਈਨਾਂ ਸਾਡੇ ਨਾਲ ਪੇਸ਼ ਵੀ ਕੀਤੀਆਂ, ਸੁਣਾਈਆਂ ਵੀ ਸਾਡੇ ਦਰਸ਼ਕਾਂ ਨੂੰ, ਦੀਪਕ ਅਰੋੜਾ ਦਾ ਜਿਹੜਾ ਕਿ ਫੇਵਰੇਟ ਜ਼ੋਨਰ ਕਿਹੜਾ ਆ, ਕਿ ਉਹ ਰੋਮੈਂਟਿਕ ਜ਼ਿਆਦਾ ਸੁਣਦੇ ਨੇ, ਜਾਂ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਰੋਮੈਂਟਿਕ ਗਾਣੇ ਹੀ ਸੁਣਨ ਨੂੰ ਮਿਲਣਗੇ, ਜਾਂ ਬੀਟ ਵਗੈਰਾ ਇੱਦਾਂ ਦਾ ਵੀ ਕੁਛ ਲੈ ਕੇ ਆਉਂਗੇ? ਨਹੀਂ, ਦੇਖੋ, ਭੰਗੜਾ ਨੱਚਣਾ ਟੱਪਣਾ ਗਾਉਣਾ ਅਤੇ ਇਹ ਸਾਡੇ ਪੰਜਾਬ ਨੂੰ ਬਹੁਤ ਜ਼ਿਆਦਾ ਭਾਉਂਦਾ, ਔਰ ਹਰ ਫੰਕਸ਼ਨ ਦੇ ਉੱਤੇ ਆਪਾਂ ਨੱਚਦੇ ਵੀ ਹਾਂ, ਗਾਉਂਦੇ ਵੀ ਹਾਂ, ਟੱਪਦੇ ਵੀ ਹਾਂ, ਅਤੇ ਬਿਨਾਂ ਇਸ ਤੋਂ ਕਿਸੇ ਵੀ ਚੀਜ਼ ਦਾ ਸੈਲੀਬ੍ਰੇਸ਼ਨ ਨਹੀਂ ਹੋ ਸਕਦਾ, ਅਤੇ ਆਪਾਂ ਹਮੇਸ਼ਾ ਨੱਚਦੇ ਰਹਾਂਗੇ, ਟੱਪਦੇ ਰਹਾਂਗੇ ਅਤੇ ਗਾਉਂਦੇ ਰਹਾਂਗੇ ਜੀ। ਅਤੇ ਭਾਅ ਜੀ, ਹੁਣ ਜਾਂਦੇ ਜਾਂਦੇ ਸਰੂਰ ਰਿਗਾਰਡਿੰਗ ਕੋਈ ਗੱਲ ਸ਼ਾਇਦ ਰਹਿ ਗਈ ਹੋਵੇ, ਚਾਹੇ ਮੈਂ ਨਾ ਪੁੱਛੀ ਹੋਵੇ, ਹੈ ਨਾ, ਜਾਂ ਕੋਈ ਦਿਲ ਦੀ ਵਿੱਚ ਕੋਈ ਗੱਲ ਹੋਵੇ ਕਹਿਣਾ ਚਾਹੁੰਦੇ ਹੋਵੋ, ਮੈਂ ਸ਼ਾਇਦ ਨਾ ਪੁੱਛ ਪਾ ਰਿਹਾ ਹੋਵਾਂ ਤੁਹਾਡੇ ਤੋਂ, ਤਾਂ ਤੁਸੀਂ ਕਹਿ ਸਕਦੇ ਹੋ? ਦੇਖੋ, ਮੈਂ ਜਿਵੇਂ ਕਿ ਕਹਾਂਗਾ ਕਿ ਆਪਾਂ ਬਚਪਨ ਦੇ ਵਿੱਚ ਆਪਾਂ ਗੁਣਗੁਣਾਉਂਦੇ ਰਹੇ ਹਾਂ ਔਰ ਹਰਭਜਨ ਮਾਨ ਸਾਹਿਬ ਨੂੰ, ਅਤੇ ਮੈਂ ਉਹਨਾਂ ਦੀਆਂ ਦੋ ਬੋਲਤਾਂ ਨੂੰ ਸੁਣਾਉਣਾ ਜ਼ਰੂਰ ਚਾਹੂੰਗਾ ਜੀ। ਸੁਣਾਓ। ਜਿਵੇਂ ਕਹਿੰਦੇ ਨੇ, ਛਮ 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 ਕਰਦੀ ਕੋਠੇ ਤੇ ਆ ਜਾਣਾ, ਚੁੰਨੀ ਦਾ ਯੋਲਾ ਕਰਕੇ ਥੋੜਾ ਸ਼ਰਮਾ ਜਾਣਾ, ਕੁਝ ਵੀ ਨਾ ਕਹਿਣਾ ਫਿਰ ਵੀ ਸਭ ਕੁਛ ਸਮਝਾ ਜਾਣਾ, ਦਿਲ ਪੇ ਚੱਲੇ ਨਾ ਕੋਈ ਜ਼ੋਰ ਨੀ ਕੁਛ ਪਤਾ ਨਾ ਰਹਿੰਦਾ, ਚੋਰਾਂ ਨੂੰ ਪੈਂਦੇ ਕਦੋਂ ਮੋਰ ਨੀ ਕੁਛ ਪਤਾ ਨਾ ਰਹਿੰਦਾ, ਚੋਰਾਂ ਨੂੰ ਪੈਂਦੇ ਕਦੋਂ ਮੋਰ। ਥੈਂਕ ਯੂ ਸੋ ਮਚ ਜੀ, ਬਹੁਤ ਸੋਹਣਾ ਭਾਅ ਜੀ ਤੁਸੀਂ ਗਾਇਆ, ਅਤੇ ਬੈਸਟ ਆਫ ਲੱਕ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ। ਭਾਅ ਜੀ, ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੇ ਸਾਨੂੰ ਗਾਣੇ ਸੁਣਨ ਨੂੰ ਮਿਲਣਗੇ ਦੀਪਕ ਅਰੋੜਾ ਦੇ? ਤੁਸੀਂ ਮੇਰੇ ਹਰ ਗੀਤ ਦੇ ਵਿੱਚ ਤੁਸੀਂ ਕੋਈ ਨਾ ਕੋਈ ਮੈਸੇਜ ਮਿਲੇਗਾ, ਅੱਛਾ ਮੈਸੇਜ ਮਿਲੇਗਾ, ਅਤੇ ਉਹ ਤੁਸੀਂ ਸੁਣੋਗੇ।
ਥੈਂਕ ਯੂ ਸੋ ਮਚ। ਸੋ ਦੋਸਤੋ, ਇਹ ਸੀ ਸਾਡੇ ਨਾਲ ਦੀਪਕ ਅਰੋੜਾ ਜੀ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ। ਫੇਮਸ ਪੰਜਾਬ ਟੀਵੀ ਤੁਸੀਂ ਦੇਖਦੇ ਰਹਿਣਾ। ਥੈਂਕ ਯੂ ਸੋ ਮਚ।